ਅਸੀਂ ਇੱਥੇ ਬਿਲਕੁਲ ਵੀ ਕਿਸੇ ਬੰਦੇ ਨੂੰ ਜਿਹੜਾ ਨਸ਼ੇ ਵਾਲੇ ਨੂੰ ਬਰਦਾਸ਼ਤ ਨਹੀਂ ਕਰਾਂਗੇ ਔਰ ਉਹਨਾਂ ਨੂੰ ਸਖ਼ਤ ਤੁਹਾਡੇ ਮਾਧਿਅਮ ਰਾਹੀਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜਾਂ ਤਾਂ ਬਰਨਾਲਾ ਛੱਡ ਜਾਓ ਅਤੇ ਜਾਂ ਜਿਹੜਾ ਮਾੜਾ ਕਾਰੋਬਾਰ ਹੈ ਉਹਨੂੰ ਛੱਡ ਜਾਓ। ਨਸ਼ਾ ਤਸਕਰ, ਚੋਰਾਂ, ਹੁੱਲੜਬਾਜ਼ ਆਸ਼ਿਕ, ਸ਼ਰਾਰਤੀ ਅਨਸਰਾਂ ਦੇ ਪਸੀਨੇ ਛੁੱਟਦੇ ਜਦੋਂ ਇਸ ਧਾਕੜ ਅਫਸਰ ਮੌਤ ਨੂੰ ਟਿੱਚ ਚਾਨਣ ਵਾਲਾ, 24 ਘੰਟੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣ ਵਾਲਾ, ਜਿਸ ਉੱਪਰ ਅਫਸਰਾਂ ਨੂੰ ਮਾਣ, ਸਾਡੀ ਮੁਰਾਦ। ਸਰਦਾਰ ਚਰਨਜੀਤ ਸਿੰਘ, ਚੌਂਕੀ ਇੰਚਾਰਜ, ਬੱਸ ਸਟੈਂਡ, ਬਰਨਾਲਾ। ਸਾਡੇ ਮੀਡੀਆ ਦੇ ਰੂਬਰੂ ਹੁੰਦੇ ਉਹਨਾਂ ਨੇ ਦੱਸਿਆ ਕਿ 15 ਅਗਸਤ ਨੂੰ ਦੇਖਦੇ ਹੋਏ ਅਫਸਰਾਂ ਦੇ ਨਿਰਦੇਸ਼ਾਂ ਅਨੁਸਾਰ ਸਖਤੀ ਨਾਲ ਸ਼ਹਿਰ ਦੇ ਚੱਪੇ ਚੱਪੇ ਕੋਨੇ ਕੋਨੇ ਵਿੱਚ ਪੰਜਾਬ ਪੁਲਿਸ ਦੇ ਨੌਜਵਾਨਾਂ ਦੀ ਤੈਨਾਤੀ ਕਰ ਦਿੱਤੀ ਗਈ। ਸਰਦਾਰ ਚਰਨਜੀਤ ਸਿੰਘ, ਚੌਂਕੀ ਇੰਚਾਰਜ ਨੇ ਦੱਸਿਆ ਕਿ 15 ਅਗਸਤ ਗਣਤੰਤਰਤਾ ਵਾਲੇ ਦਿਵਸ ਨੂੰ ਦੇਖਦੇ ਹੋਏ ਸਾਡੇ ਜ਼ਿਲ੍ਹੇ ਦੀ ਲੋਕਾਂ ਦੀ ਸਲਾਮਤੀ ਨੂੰ ਨਜ਼ਰ ਵਿੱਚ ਰੱਖਦੇ ਹੋਏ ਸਾਡੇ ਵੱਲੋਂ ਪੁਲਿਸ ਦਸਤ ਵਧਾ ਦਿੱਤੀ ਗਈ। 15 ਅਗਸਤ ਗਣਤੰਤਰਤਾ ਦਿਵਸ ਅਸੀਂ ਆਪਣੀ ਆਜ਼ਾਦੀ ਦਿਹਾੜਾ ਖੁਸ਼ੀ ਨਾਲ ਮਨਾ ਸਕੀਏ ਅਤੇ ਸਖ਼ਤ ਹਦਾਇਤਾਂ ਦੇ ਨਾਲ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਆਪਣੇ 4-ਵਹੀਕਲ 2-ਵਹੀਕਲ ਦੀਆਂ ਨੰਬਰ ਪਲੇਟਾਂ ਵਹੀਕਲਾਂ ਤੇ ਹੋਣੀਆਂ ਚਾਹੀਦੀਆਂ ਨੇ, ਜਿਸ ਦੀ ਜਾਂਚ ਅਸੀਂ ਸਹੀ ਤਰੀਕੇ ਨਾਲ ਕਰਕੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾ ਸਕੀਏ। ਮੇਰੇ ਜ਼ਿਲ੍ਹੇ ਦੇ ਸ਼ਰਾਰਤੀ ਅਨਸਰਾਂ ਨੂੰ ਅਪੀਲ ਹੈ, ਜਾਂ ਤਾਂ ਸੁਧਰ ਜਾਓ ਜਾਂ ਫਿਰ ਬਰਨਾਲਾ ਛੱਡ ਕੇ ਚਲੇ ਜਾਓ, ਕਿਉਂਕਿ ਮੈਂ ਇੱਥੇ ਕਿਸੇ ਤਰ੍ਹਾਂ ਦਾ ਜ਼ੁਲਮ ਬਰਦਾਸ਼ਤ ਨਹੀਂ ਕਰਾਂਗਾ, ਕਿਹਾ ਸਰਦਾਰ ਚਰਨਜੀਤ ਸਿੰਘ, ਚੌਂਕੀ ਇੰਚਾਰਜ, ਬੱਸ ਸਟੈਂਡ, ਬਰਨਾਲਾ। ਉਹਨਾਂ ਬਾਰੇ ਵੀ ਸਾਡੀ ਜਿਹੜੇ ਡਰਾਈਵਰ ਡੇਲੀ ਨਾਕਾਬੰਦੀ ਦੇ ਦੌਰਾਨ ਅਸੀਂ ਉਹਨਾਂ ਨੂੰ ਕਵਰ ਕਰਦੇ ਹਾਂ, ਜਿਹੜੇ ਵਹੀਕਲ ਵਿਦਾਊਟ ਡਾਕੂਮੈਂਟ ਵਿਦਾਊਟ ਨੰਬਰ ਪਲੇਟਾਂ ਘੁੰਮਦੇ ਆ ਉਹਨਾਂ ਨੂੰ ਅਸੀਂ ਬਾਉਂਡ ਕਰ ਰਹੇ ਹਾਂ। 207 ਮੋਟਰ ਵਹੀਕਲ ਐਕਟ ਦੇ ਤਹਿਤ ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਆਪਣੇ ਜਿਹੜੇ ਵਹੀਕਲ ਨੇ ਉਹਨਾਂ ਦੇ ਨੰਬਰ ਵਗੈਰਾ ਪ੍ਰੋਪਰ ਲਗਵਾ ਕੇ, ਜਿਹੜੀ ਸਰਕਾਰੀ ਪਲੇਟ ਲੱਗਦੀ ਹੈ ਉਹਨੂੰ ਲਗਵਾ ਕੇ ਰੱਖੋ, ਤਾਂ ਕਿ ਆਮ ਅਤੇ ਕਿਸੇ ਮਾੜੇ ਅਨਸਰ ਦੇ ਵਿੱਚ ਸਾਨੂੰ ਪਹਿਚਾਣ ਕਰਨੀ ਸੌਖੀ ਰਹੇ, ਕਿਉਂਕਿ ਜਿਹੜੇ ਲੋਕ ਸ਼ਰਾਰਤੀ ਨੇ ਉਹ ਵਹੀਕਲ ਦੇ ਨੰਬਰ ਨਹੀਂ ਲਾਉਂਦੇ ਅਤੇ ਇਸ ਕਰਕੇ ਸਾਨੂੰ ਚੰਗੇ ਮਾੜੇ ਦੀ ਪਹਿਚਾਣ ਲਈ ਸਾਨੂੰ ਤਾਂ ਜਿਹਦੇ ਨੰਬਰ ਪਲੇਟ ਨਹੀਂ ਲੱਗੀ ਅਤੇ ਅਸੀਂ ਉਹਨੂੰ ਬਾਉਂਡ ਕਰਨਾ ਹੀ ਹੁੰਦਾ। ਇਸ ਕਰਕੇ ਸਾਡੀ ਬੇਨਤੀ ਹੈ ਤੁਹਾਡੇ ਮਾਧਿਅਮ ਰਾਹੀਂ ਕਿ ਆਪਣੇ ਵਹੀਕਲਾਂ ਦੇ ਜਿਹੜੇ ਨੰਬਰ ਵਗੈਰਾ ਨੇ ਲਗਾ ਕੇ। 15 ਅਗਸਤ ਨੂੰ ਦੇਖਦੇ ਹੋਏ ਤੁਹਾਡੇ ਵੱਲੋਂ ਕੀ ਤਿਆਰੀ ਕੀਤੀ ਗਈ ਨੇ ਗੁੰਡਾ ਅਨਸਰ ਨੂੰ ਨੱਥ ਪਾਉਣ ਦੇ ਲਈ? ਦੇਖੋ ਜੀ, 15 ਅਗਸਤ ਦੇ ਮੱਦੇਨਜ਼ਰ ਬੜਾ ਕਲੀਅਰ ਕੱਟ ਸਾਡੇ ਮਾਨਯੋਗ SSP ਸਾਹਿਬ ਸ਼੍ਰੀ ਸੰਦੀਪ ਕੁਮਾਰ ਜੀ, ਮਤਲਬ IPS SSP ਬਰਨਾਲਾ, ਸਾਡੇ SPD ਸਾਹਿਬ, ਸਾਡੇ DSP ਸਰਕਲ ਸ਼੍ਰੀ ਸਤਵੀਰ ਸਿੰਘ, ਉਹਨਾਂ ਨੇ ਵੱਖ ਵੱਖ ਟੀਮਾਂ ਲਾ ਕੇ ਫਲੈਗ ਮਾਰਚ ਅਸੀਂ ਜਿਹੜਾ ਵੱਡੇ ਪੱਧਰ 'ਤੇ ਸਾਰੇ ਜ਼ਿਲ੍ਹੇ ਦੇ ਵਿੱਚ ਕੀਤਾ। ਅਸੀਂ ਆਪਣੇ ਏਰੀਏ ਦੇ ਵਿੱਚ ਵੀ ਕੱਲ੍ਹ ਸ਼ਾਮੀ ਵੱਖਰੇ ਤੌਰ 'ਤੇ ਫਿਰ ਸਬ ਡਿਵੀਜ਼ਨ ਲੈਵਲ 'ਤੇ ਅਸੀਂ ਫਲੈਗ ਮਾਰਚ ਕੀਤਾ, ਜਿਹਦੇ ਨਾਲ ਅਸੀਂ ਜਿਹੜੇ ਇਨਸਾਫ ਪਸੰਦ ਲੋਕ ਨੇ ਉਹਨਾਂ ਨੂੰ ਮੈਸੇਜ ਦਿੱਤਾ ਕਿ ਅਸੀਂ ਤੁਹਾਡੀ ਸੇਵਾ ਦੇ ਵਿੱਚ ਤਤਪਰ, ਤੁਸੀਂ ਜਿਹੜੇ 15 ਅਗਸਤ ਦਾ ਦਿਹਾੜਾ ਹੈ ਇਹਨੂੰ ਮਾਨ ਸਨਮਾਨ ਨਾਲ ਮਨਾਓ, ਵੱਧ ਚੜ੍ਹ ਕੇ ਹਿੱਸਾ ਲਓ ਇਹਦੇ ਵਿੱਚ। ਔਰ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਕਿਸੇ ਵੀ ਕਿਸਮ ਦਾ ਉਹਨਾਂ ਨੂੰ ਅਸੀਂ ਕ੍ਰਾਈਮ ਦੀ ਦੁਨੀਆ ਦੇ ਵਿੱਚ ਨਹੀਂ ਆਉਣ ਦੇਵਾਂਗੇ ਔਰ ਅਸੀਂ ਆਪਦੇ ਏਰੀਏ ਨੂੰ ਸੇਫ ਰੱਖਣ ਦੇ ਲਈ ਦਿਨ ਰਾਤ ਇੱਕ ਕੀਤਾ ਹੋਇਆ ਔਰ ਉਹਨਾਂ ਨੂੰ ਭਜਾ ਕੇ ਰੱਖਾਂਗੇ। ਬਿਲਕੁਲ ਵੀ ਇੱਥੇ ਜਿਹੜੀ ਹੁਲੜਬਾਜ਼ੀ ਬਰਦਾਸ਼ਤ ਇੱਥੇ ਅਸੀਂ ਨਹੀਂ ਕਰਾਂਗੇ ਅਤੇ ਲੋਕ ਬੜੇ ਚਾਵਾਂ ਨਾਲ ਇਹ ਤਿਉਹਾਰ ਨੂੰ ਮਨਾ ਸਕਦੇ ਆ। ਅਸੀਂ ਗਸਤਾਂ, ਨਾਕਾਬੰਦੀ ਔਰ ਫਲੈਗ ਮਾਰਚ ਦੇ ਜ਼ਰੀਏ ਆਪਣਾ ਏਰੀਏ ਨੂੰ ਕਵਰ ਕੀਤਾ ਹੋਇਆ। ਜਿਹੜੇ ਅੱਜ ਕੱਲ੍ਹ ਨਸ਼ੇ ਦਾ ਬਹੁਤ ਦੌਰ ਚੱਲ ਰਿਹਾ ਸੀ ਪਰ ਹੁਣ ਕੁਛ ਸਮੇਂ ਤੋਂ ਬਾਅਦ ਉਹ ਦੌਰ ਘਟਦਾ ਨਜ਼ਰ ਆ ਰਿਹਾ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮਾਨਯੋਗ SSP ਸਾਹਿਬ ਸ਼੍ਰੀ ਸੰਦੀਪ ਕੁਮਾਰ ਜੀ, ਮਲਕ IPS ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਡੀ ਜਿਹੜੀ ਸਬ ਡਿਵੀਜ਼ਨ ਦੀ ਟੀਮ ਮਾਨਯੋਗ DSP ਸ਼੍ਰੀ ਸਤਵੀਰ ਸਿੰਘ ਜੀ ਦੇ ਥੱਲੇ ਅਸੀਂ ਕੰਮ ਕਰ ਰਹੇ ਹਾਂ ਔਰ ਅਸੀਂ ਕਾਸੋ ਓਪਰੇਸ਼ਨ
ਗਾਹੇ ਵਗਾਹੇ ਗਸਤ ਔਰ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਹੁੰਦੇ ਸੀ ਲੋਕ ਉਹਨਾਂ ਦੇ ਉੱਤੇ ਪੂਰੀ ਤਰ੍ਹਾਂ ਸ਼ਿਕੰਜਾ ਕੱਸਿਆ ਹੋਇਆ। ਅਸੀਂ ਕਾਫੀ ਜ਼ਿਆਦਾ FIR ਜਿਹੜੀਆਂ ਦਰਜ ਕੀਤੀਆਂ ਨੇ ਔਰ ਉਹਨਾਂ ਨੂੰ ਇਕੱਲਾ ਦਰਜ ਹੀ ਨਹੀਂ ਕੀਤਾ, ਅਸੀਂ ਦਰਜ ਕਰਕੇ ਉਹਨਾਂ ਨੂੰ ਸਜ਼ਾਦਾਰ ਵੱਲ ਲੈ ਕੇ ਗਏ ਹਾਂ। ਅਤੇ ਤੁਸੀਂ ਚੈੱਕ ਕਰੋਗੇ ਜਿਹੜਾ ਨਸ਼ੇ ਦਾ ਹੌਟਸਪੋਟ ਹੁੰਦਾ ਸੀ ਉਹਦੇ ਵਿੱਚੋਂ ਤਕਰੀਬਨ ਹਰ ਘਰ ਦਾ ਇੱਕ ਮੈਂਬਰ ਮਤਲਬ ਜੇਲ੍ਹ ਦੇ ਵਿੱਚ ਬੈਠਾ ਹੈ। ਅਤੇ ਅਸੀਂ ਇੱਥੇ ਬਿਲਕੁਲ ਵੀ ਕਿਸੇ ਬੰਦੇ ਨੂੰ ਜਿਹੜਾ ਨਸ਼ੇ ਵਾਲੇ ਨੂੰ ਬਰਦਾਸ਼ਤ ਨਹੀਂ ਕਰਾਂਗੇ ਔਰ ਉਹਨਾਂ ਨੂੰ ਸਖ਼ਤ ਤੁਹਾਡੇ ਮਾਧਿਅਮ ਰਾਹੀਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜਾਂ ਤਾਂ ਬਰਨਾਲਾ ਛੱਡ ਜਾਓ ਅਤੇ ਜਾਂ ਜਿਹੜਾ ਮਾੜਾ ਕਾਰੋਬਾਰ ਹੈ ਉਹਨੂੰ ਛੱਡ ਜਾਓ। ਪਰ ਤੁਹਾਨੂੰ ਦੇਖਣ ਦੇ ਵਿੱਚ ਆਇਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਜਿਹੜਿਆਂ ਨੂੰ ਹੌਟਸਪੋਟ ਸਮਝਿਆ ਜਾਂਦਾ ਸੀ ਉਹਨਾਂ ਜਗ੍ਹਾ ਦੇ ਵਿੱਚ ਜਿਹੜੇ ਲੋਕ ਭੀੜ ਲੱਗੀ ਹੁੰਦੀ ਸੀ ਉਹਨਾਂ ਚੀਜ਼ਾਂ ਨੂੰ ਅਸੀਂ ਸਾਡੇ ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਠੱਲ ਪਾਈਏ ਔਰ ਉਹਨੂੰ ਗਸਤਾਂ ਰਾਹੀਂ ਨਾਕਾਬੰਦੀ ਰਾਹੀਂ ਅਤੇ ਕਾਸ ਓਪਰੇਸ਼ਨ ਦੇ ਰਾਹੀਂ ਉਹਨੂੰ ਕਵਰ ਕੀਤਾ ਹੋਇਆ। ਔਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਜਿੱਥੇ ਵੀ ਕਿਤੇ ਤੁਹਾਨੂੰ ਨਸ਼ੇ ਸੰਬੰਧੀ ਕੋਈ ਇਤਲਾਹ ਮਿਲਦੀ ਹੈ, ਕੋਈ ਨਸ਼ਾ ਵੇਚਦਾ, ਕੋਈ ਕਰਦਾ, ਤਾਂ ਅਸੀਂ ਨਸ਼ਾ ਕਰਨ ਵਾਲਿਆਂ ਨੂੰ ਵੀ ਜਿਹੜਾ ਹੈਗਾ ਹੌਸਪੀਟਲ ਦੇ ਵਿੱਚ ਦਾਖਲ ਕਰਵਾ ਰਹੇ ਹਾਂ ਤਾਂ ਕਿ ਉਹ ਉਹਨਾਂ ਦੀ ਜ਼ਿੰਦਗੀ ਸੁਧਰ ਸਕੇ, ਉਹ ਬਚ ਸਕਣ ਔਰ ਜਿਹੜੇ ਨਸ਼ਾ ਕਰਨ ਵਾਲੇ ਬਾਰੇ ਵੀ ਲੋਕ ਸਾਨੂੰ ਇਤਲਾਹ ਦੇ ਸਕਦੇ ਆ ਤਾਂ ਕਿ ਅਸੀਂ ਉਹਨਾਂ ਨੂੰ ਬੈਕ ਕਾਲ ਕਰਕੇ ਅਸੀਂ ਦੱਸ ਦਿਆਂ ਕਿ ਅਸੀਂ ਤੁਹਾਡੀ ਕਾਲ ਦੇ ਉੱਤੇ ਮਤਲਬ ਕੀ ਐਕਸ਼ਨ ਲੈਤਾ ਹੈ। ਬਾਕੀ ਨਸ਼ੇ ਦੀ ਰੋਕਥਾਮ ਦੇ ਸੰਬੰਧ ਵਿੱਚ ਸਾਡੇ ਮਾਨਯੋਗ SSP ਸਾਹਿਬ ਵੱਲੋਂ ਇੱਕ ਜਿਹੜਾ ਟੋਲ ਫਰੀ ਨੰਬਰ ਅਸੀਂ ਜਾਰੀ ਕੀਤਾ ਹੋਇਆ ਜਿਹਦੇ 'ਤੇ ਲੋਕ ਕੋਈ ਵੀ ਇਤਲਾਹ ਨਸ਼ੇ ਪ੍ਰਤੀ ਸਾਨੂੰ ਦੇ ਸਕਦੇ ਆ, ਜਿਹਦਾ ਨੰਬਰ ਹੈਗਾ 7500808280। ਇਸ ਨੰਬਰ 'ਤੇ ਵੀ ਸਾਨੂੰ ਕੰਪਲੇਂਟ ਦਰਜ ਕਰਾ ਸਕਦੇ ਨੇ ਔਰ ਮੇਰੇ ਏਰੀਏ ਦੇ ਵਿੱਚ ਜੇ ਕੋਈ ਪਰਸਨਲ ਤੌਰ 'ਤੇ ਕਿਸੇ ਨੂੰ ਲੱਗਦਾ ਤਾਂ ਮੇਰਾ ਨੰਬਰ ਹੈਗਾ 9876780599। ਮੈਨੂੰ ਵੀ ਕਾਲ ਕਰਕੇ ਪਰਸਨਲ ਤੌਰ 'ਤੇ ਵੀ ਦੱਸ ਸਕਦੇ ਆ ਔਰ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਨਸ਼ੇ ਵੇਚਣ ਵਾਲਿਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ। ਉਹਨਾਂ ਦੀ ਕੰਪਲੇਂਟ ਦੇ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਲੋਕਾਂ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।